ਪੀਪੀਐਫ ਦਾ ਕੰਮ ਚੱਲੂ, ਪੀਪੀਐਫ ਦਾ ਹੀ ਲੱਗਣਾ। ਲੋਕਾਂ ਨੇ ਵੱਡੀਆਂ ਵੱਡੀਆਂ ਮਸ਼ੀਨਾਂ ਰੱਖੀਆਂ, ਇਹਨਾਂ ਨੇ ਮਸ਼ੀਨ ਛੋਟੀ ਜਿਹੀ ਰੱਖੀ ਆ, ਪਰ ਪ੍ਰੈਸ਼ਰ ਬਹੁਤ ਹੈ। ਹੈਲੋ ਐਵਰੀਵਨ, ਵੈਲਕਮ ਬੈਕ ਟੂ ਮਾਈ ਚੈਨਲ ਅੰਮ੍ਰਿਤਸਰ ਟਾਊਨ ਰਾਈਡਰ। ਕੱਲ੍ਹ ਮੇਰੀ ਗੁੜੀਆ ਦਾ ਬਰਥਡੇ ਆ, ਅਸੀਂ ਬਰਥਡੇ ਵਾਸਤੇ ਦਿੱਲੀਓਂ ਸ਼ੋਪਿੰਗ ਕਰਨ ਗਏ ਸੀ, ਪਿਛਲਾ ਵਲੋਗ ਤੁਸੀਂ ਦੇਖਿਆ ਸੀ ਉੱਥੇ। ਅਤੇ ਅੱਜ ਦਾ ਮੈਂ ਗੱਡੀ ਧੋਣ ਲੱਗਾ, ਸੋਚਿਆ ਜਿੱਦਾਂ ਅਸੀਂ ਤਾਂ ਕੱਪੜੇ ਕੁੱਪੜੇ ਖਰੀਦ ਲਏ ਆ, ਅਤੇ ਆਪਣੇ ਝੋਟਾ ਖੜ੍ਹਾ ਆ, ਇਹਨੂੰ ਵੀ ਅੱਜ ਇਹਦੇ ਕੱਪੜੇ ਕੁੱਪੜੇ ਨਵੇਂ ਪਵਾ ਦਈਏ, ਨਵਾ ਧੋ ਦਈਏ, ਇਸਦੀ ਸਰਵਿਸ ਵਾਸਤੇ ਇਸਨੂੰ ਨਹਾਉਣ ਧੋਣ ਲਈ ਲੈ ਕੇ ਜਾ ਰਿਹਾ। ਨਾ ਵੀ ਖੁੱਲ੍ਹ ਜਾ ਸਿਮ ਸਿਮ ਯਾਰ, ਇੱਕ ਨਾ ਵਿਹਲੇ ਹੋ ਕੇ ਅਤੇ ਗੱਡੀ ਵਾਸਤੇ ਛਾਂ ਦਾ ਬੰਦੋਬਸਤ ਕਰਨਾ ਆ। ਗੱਡੀ ਗਰਮ ਬਹੁਤ ਹੋ ਜਾਂਦੀ ਹੈ, ਧੁੱਪ ਬਹੁਤ ਹੈ, ਗੱਡੀ ਗਰਮ ਬਹੁਤ ਹੋ ਜਾਂਦੀ ਹੈ। ਮੇਰਾ ਇਰਾਦਾ 10 ਮਿੰਟ ਨਾ ਗੱਡੀ ਦਾ ਏਸੀ ਔਨ ਕਰਕੇ, ਫੁੱਲ ਏਸੀ ਕਰਕੇ, ਅਤੇ ਇਹਨੂੰ ਔਨ ਹੀ ਰਹਿਣ ਦੀ, 10 ਮਿੰਟ ਠੰਡੀ ਹੋ ਜਾਏਗੀ ਫਿਰ ਹੀ ਬਹਿੰਦੇ ਹਾਂ। ਬਹੁਤ ਗਰਮ ਹੈ, ਧੁੱਪ ਕਿੱਥੇ ਚੜ੍ਹੀ, ਉਹ ਬੱਲੇ ਬੱਲੇ ਪੂਰਾ ਸੂਰਜ, ਧੁੱਪ ਪੂਰੀ ਚੜ੍ਹੀ ਆ। ਚੱਲ ਵੀ ਚੱਲ ਚੱਲ ਚੱਲ, ਛੇਤੀ ਲਿਆ ਛੇਤੀ ਲਿਆ, ਥੋੜ੍ਹਾ ਜਿਹਾ ਮਾਲ ਦੇਣਾ ਸੀਗਾ ਕਿਸੇ ਨੂੰ, ਮੈਂ ਪਹਿਲਾਂ ਮਾਲ ਰਖਾਵਾਂ ਫਿਰ ਜਾਵਾਂ ਗੱਡੀ ਧੋਣ। ਲਿਆਓ ਜੀ ਲਿਆਓ, ਗੱਡੀ ਸਟਾਰਟ ਆ, ਗੱਡੀ ਠੰਡੀ ਹੋ ਗਈ ਆ। ਲਿਆਓ ਮੁੰਡੇ, ਰੱਖੋ ਗੱਡੀ 'ਚ ਮਾਲ, ਰੱਖ ਜੁੰਡੀ, 3 ਤੋੜੇ ਆਉਣੇ, 3 ਤੋੜੇ ਧਿਆਨ ਨਾਲ ਰੱਖ, ਧਿਆਨ ਨਾਲ ਨਾਲ ਕਰਕੇ ਲਿਆ ਲਿਆ, ਤੂੰ ਵੀ ਰੱਖ। ਇੱਕ ਹੋਰ ਆਉਣਾ ਜੀ, ਇਹਨੂੰ ਇੱਧਰ ਕਰ, ਚਿੱਟਾ ਆਉਣਾ, ਵੱਡਾ ਤੋੜਾ ਆਉਣਾ, ਇਹਨੂੰ ਇੱਧਰ ਕਰ। ਅਭੀ ਉਹ ਨਹੀਂ ਆਇਆ, ਜਾਦੂ ਨਹੀਂ ਆਇਆ, ਆ ਜਾ ਆ ਜਾ ਜਾਦੂ, ਆ ਜਾ ਇੱਥੇ ਬਹਿ ਜਾਓ ਦੋਨੇ ਜਾਣੇ, ਹੈਂ ਪਾਪਾ ਦੀ ਗੱਡੀ ਆ ਨਾ, ਇਕੱਲਾ ਇਕੱਲਾ ਬੈਠੋ, ਇਹ ਜਿਹੜੀ ਗੱਲ ਆ ਨਾ, ਹੈਂ ਇਹ ਲੁਕਦਾ ਜੀ ਲੁਕਦਾ ਕਿਉਂ, ਕਿੱਧਰ ਲੁਕਦਾ ਆ ਮਾਮਾ, ਤੂੰ ਜਿੱਥੇ ਮਰਜ਼ੀ ਲੁਕ ਜਾ, ਤੂੰ ਦੇਖੀ ਜਾਣਾ, ਇੰਨਾ ਚਮਕਦਾ ਆ ਤੂੰ। ਲਓ ਜੀ, ਮੈਂ ਕਿਹਾ ਅੱਜ ਤੁਹਾਨੂੰ ਆਪਣੇ ਮਾਲਕਾਂ ਦੀ ਫੈਕਟਰੀ ਵਿਖਾ ਦੀ, ਉਹ ਸਾਹਮਣੇ ਮੇਰੇ ਮਾਲਕਾਂ ਦੀ ਫੈਕਟਰੀ ਆ। ਖੋਲ ਇਹਨੂੰ, ਖਿੱਚ ਖਿੱਚ, ਰੋਟੀ ਖਾਏਗਾ ਤੂੰ ਖਿੱਚੇਗਾ, ਇੱਦਾਂ ਰੋਟੀਆਂ ਘੱਟ ਖਾਂਦਾ ਤੂੰ, ਰੋਟੀਆਂ ਜ਼ਿਆਦੀਆਂ ਖਾਇਆ ਕਰ, ਫਿਰ ਖਿੱਚਿਆ ਜਾਂਦਾ ਆ। ਓਏ ਹੋਏ, ਬਹੁਤ ਗਰਮੀ ਹੈ ਜਾਦੂ, ਕਿੰਨੀ ਗਰਮੀ ਹੋ ਗਈ। ਅੱਛਾ ਆਹ ਜਿਹੜਾ ਨਾ, ਆਹ ਬੜਾ ਤਪਦਾ ਆ, ਇਹ ਬਹੁਤ ਤਪਦਾ, ਇੱਥੋਂ ਠੰਡੀ ਹਵਾ ਆਉਂਦਾ ਹੀ ਆ, ਅਤੇ ਇੱਥੋਂ ਇੱਥੋਂ ਬਹੁਤ ਤਪਦਾ। ਓਏ ਹੋਏ ਜਾਦੂ, ਕੀ ਹਾਲ ਆ, ਬੁਰਾ ਹੀ ਆ ਨਾ, ਬੁਰਾ ਹਾਲ ਆ। ਮਿੱਤਰੋ, ਆਹ ਕੰਸਟਰਕਸ਼ਨ ਦਾ ਕੰਮ ਚਾਲੂ ਆ, ਜੀਓ ਦੀਆਂ ਨੇ ਮੈਨੂੰ ਪਾਣੀ ਦੀਆਂ ਪਾਈਪ ਲਾਈਨਾਂ ਪਈਆਂ ਨੇ, ਇੱਥੇ ਪਾਣੀ ਦੀਆਂ ਪਾਈਪ ਲਾਈਨਾਂ ਪਈਆਂ ਆ, ਅਤੇ ਘੱਟੋ ਘੱਟ 3-4 ਮਹੀਨੇ ਹੋ ਚੱਲੇ ਪਾਈਪ ਲਾਈਨਾਂ ਨੂੰ ਪਈਆਂ ਨੇ, ਅਤੇ ਅਜੇ ਤੱਕ ਸਰਕਾਰ ਨੇ ਇੱਥੇ ਰੋਡ ਨਹੀਂ ਬਣਾਇਆ, ਅਤੇ ਫਿਰ ਕੀ ਰੋਡ ਬਣਾ ਵੀ ਦੇਣਗੇ, ਅਤੇ ਉਹ 6 ਮਹੀਨੇ ਮਹਾਂ ਚੱਲਦਾ, 6 ਮਹੀਨੇ ਬਾਅਦ ਫਿਰ ਟੁੱਟ ਜਾਂਦਾ ਉਹ ਰੋਡ। ਔਖਾ ਹੀ ਆ ਸਰਕਾਰਾਂ ਦਾ, ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਜਿਹੜੀ ਮਰਜ਼ੀ ਹੋਵੇ, ਔਖਾ ਤਾਂ ਹੈ ਹੀ ਆ ਸਰਕਾਰਾਂ ਦਾ। ਸਰਕਾਰਾਂ ਨਹੀਂ ਮਾੜੀਆਂ, ਸਰਕਾਰਾਂ ਦੇ ਨਾਲ ਬੰਦੇ ਵੀ ਤਾਂ ਬਹੁਤ ਮਾੜੇ ਆ ਨਾ, ਬੰਦੇ ਤਾਂ ਉਹੀ ਕੁੱਤੇ ਰਹਿਣੇ ਆ, ਠੇਕੇਦਾਰ ਤਾਂ ਉਹੀ ਸਭ ਰਹਿਣੇ ਆ। ਸਰਕਾਰਾਂ ਜਿੰਨੀਆਂ ਮਰਜ਼ੀ ਬਦਲ ਲਓ, ਜਦ ਤੱਕ ਬੰਦੇ ਨਹੀਂ ਬਦਲੇ ਜਾਣੇ, ਜਦ ਤੱਕ ਬੰਦਿਆਂ 'ਤੇ ਪੂਰਾ ਛਿੱਤਰ ਪਰੇਡ ਨਹੀਂ ਚੜ੍ਹਨਾ, ਤਦ ਤੱਕ ਕੰਮ ਨਹੀਂ ਹੋਣਾ। ਨਿਕਲ ਜੀ, ਨਿਕਲ, ਨਿਕਲੋ 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 ਨਿਕਲੋ। ਹਾਂਜੀ, ਇੱਥੋਂ ਆ ਕੱਟ ਵਾਸਤੇ ਬੜਾ ਔਖਾ ਆ। ਚਲੋ ਮਰ ਲਿਆ ਕੱਟ, ਖਿੱਚ ਲਾ ਮੁੰਡਿਆ ਹੁਣ, ਸ਼ਾਬਾਸ਼, ਇੰਡੀਅਨ ਦੇਸੀ ਜੁਗਾੜ ਵਾਲਾ ਟੋਜਨ, ਗੁੱਡ ਆ,
ਹੈਲਪ ਕਰਨੀ ਚਾਹੀਦੀ ਕਿਸੇ ਨਾ ਕਿਸੇ ਦੀ। ਮੈਂ ਵੀ ਕਰਦਾ ਹੁੰਦਾ ਸੀ, ਪਰ ਮੇਰੀ ਜਦੋਂ ਦਿਲ ਮੇਰੀ ਲੱਤ 'ਤੇ ਸੱਟ ਲੱਗ ਗਈ ਨਾ, ਉਸ ਤੋਂ ਬਾਅਦ ਫਿਰ ਮੈਂ ਬੰਦ ਕਰਤੀ। ਟਾਇਰ ਬਾਹਰ ਕੱਢਣ ਨਾਲ ਮੈਨੂੰ ਕੋਈ ਜ਼ਿਆਦਾ ਉਹ ਨਹੀਂ ਪਿਆ, ਜੇ ਐਵਰੇਜ ਦਾ ਪਤਾ ਨਹੀਂ ਲੱਗਾ, ਐਵਰੇਜ ਵੇਖਾਂਗੇ ਚੈੱਕ ਕਰਾਂਗੇ ਕਿੰਨੀ ਕਿੰਨੀ ਨਹੀਂ ਗੀ। ਫਿਲਹਾਲ ਤਾਂ ਇੰਨਾ ਪਤਾ ਵੀ ਬੋਡੀ ਰੋਲ ਦਾ ਥੋੜ੍ਹਾ ਜਿਹਾ ਮੂਲੀ ਜਾਂ ਬੋਡੀ ਰੋਲ ਦਾ ਫਰਕ ਪਿਆ ਜਾ, ਅਤੇ ਬਾਕੀ ਗੱਡੀ ਸਹੀ ਚੱਲਦੀ ਹੈ। ਟਾਇਰ ਬਾਹਰ ਕੱਢਣ ਨਾਲ ਸਪੇਸਰ ਪਾਏ ਨਾ ਆਪਾਂ ਆਪੇ ਬਣਾ ਕੇ 3 ਇੰਚੀ ਦੇ, ਆਵਾਜ਼ ਜ਼ਰੂਰ ਆਉਂਦੀ ਹੈ ਸਪੇਸਰ ਪਾ ਕੇ, ਟਾਇਰ ਬਾਹਰ ਨਿਕਲ ਗਿਆ ਨਾ ਅਤੇ ਹੁਣ ਆਵਾਜ਼ ਜ਼ਰੂਰ ਆਉਂਦੀ ਹੈ। ਆਹ ਦੇਖਿਓ ਇੱਥੋਂ ਤੁਹਾਨੂੰ ਟਾਇਰ ਦਿਖਦੇ ਆ, ਬਾਹਰ ਨਿਕਲੇ ਟਾਇਰ ਹੈਗੇ ਆ, ਪਰ ਆਵਾਜ਼ ਆਉਂਦੀ ਹੈ ਸਪੇਸਰ ਪਾ ਕੇ, ਪਹਿਲਾਂ ਆਵਾਜ਼ ਨਹੀਂ ਆਉਂਦੀ ਹੁੰਦੀ। ਲਓ ਵੀ ਪਹੁੰਚ ਚੁੱਕੇ ਹਾਂ ਆਪਾਂ ਰੋਇਲ ਆਟੋ ਡੀਲਰ, ਮੈਂ ਪਹਿਲੀ ਵਾਰੀ ਇੱਥੋਂ ਗੱਡੀ ਧਵਾਉਣੀ ਆ, ਦੇਖਦੇ ਹਾਂ ਕੀ ਇਹਨਾਂ ਦਾ ਪ੍ਰੋਸੈਸ ਆ ਅਤੇ ਕਿਸ ਤਰ੍ਹਾਂ ਕੀ ਕਸਟਮਰ ਨੂੰ ਕਿੱਦਾਂ ਖੁਸ਼ ਕਰਦੇ ਆ, ਕਿੰਨੀ ਗੱਡੀ ਧੋਂਦੇ ਆ। ਮੈਂ ਕੱਲ੍ਹ ਪੁੱਛ ਕੇ ਗਿਆ ਸੀਗਾ ਅਤੇ ਮੈਨੂੰ ਕਹਿੰਦੇ ਸੀ 300 ਰੁਪਇਆ ਲੱਗੇਗਾ, ਅਤੇ ਮੈਨੂੰ ਲੱਗਦਾ 300 ਰੁਪਇਆ ਘੱਟ ਆ, ਕਿਉਂਕਿ ਮੈਂ ਪਹਿਲਾਂ ਡਟਸਨ ਗੋ ਪਲੱਸ ਧੋਂਦਾ ਰਿਹਾ ਅਤੇ ਉਹ 500 ਰੁਪਏ 'ਚ ਧੋਂਦਾ ਰਿਹਾ ਹੈ, ਅਤੇ ਸ਼ਾਇਦ ਕੀ ਚੱਕਰ ਆ ਕੀ ਨਹੀਂ ਚੱਕਰ, ਬਾਅਦ ਕੰਮ ਕੀਤਿਆਂ ਪਤਾ ਲੱਗਣਾ ਵੀ ਕੀ ਕਰਦੇ ਕੀ ਨਹੀਂ ਕਰਦੇ। ਚਲੋ ਲੈਟਸ ਟਰਾਈ, ਦੇਖਦੇ ਹਾਂ ਕੀ ਬਣਦਾ ਆ। ਲਓ ਵੀ ਗੱਡੀ ਦਾ ਕੰਮ ਸ਼ੁਰੂ ਹੋਣ ਲੱਗਾ ਆ, ਅਤੇ ਆਪਾਂ ਸਮਾਨ ਵਗੈਰਾ ਸਾਰਾ ਕੱਢ ਕੁੱਢ ਲਈਏ। ਠੀਕ ਆ, ਸਮਾਨ ਆਪਣਾ ਹੈ ਕੀ ਆ, ਨਟ ਬੋਲਟ ਹੀ ਆ, ਰਹਿਣ ਦਿੰਦੇ ਇੱਥੇ, ਇਹਨਾਂ ਨਹੀਂ ਕਰਨਾ ਆ। ਗੱਡੀ ਚਾੜਤੀ ਇਹਨਾਂ ਨੇ ਕੋਠੇ 'ਤੇ। ਅੱਛਾ ਤੁਹਾਨੂੰ ਮੈਂ ਨਾ ਸਾਰੀ ਜਦੋਂ ਹੋ ਜਾਏਗੀ ਨਾ ਉਦੋਂ ਮੈਂ ਮੇਰਾ ਇਹਨੂੰ ਪ੍ਰਾਈਜ਼ ਦੱਸੂੰਗਾ, ਤੁਸੀਂ ਪ੍ਰਾਈਜ਼ ਸੁਣ ਕੇ ਦੰਗ ਰਹਿ ਜਾਓ ਵੀ ਲੈਂਦੇ ਕੀ ਆ। ਆਹ ਛੋਟਾ ਜਿਹਾ ਇਹਨਾਂ ਨੇ ਜਗਾੜ ਲਾਇਆ, ਪਰ ਬੜਾ ਧੱਕਾ ਮਾਰਦਾ ਹੈ ਇਹਨੂੰ, ਵੱਖ ਵਿਖਾਉਂਦੇ ਧੱਕਾ ਮਾਰਦਾ। ਆਹ ਵੀ ਜਿਹੜਾ ਸਾਰਾ ਕੰਮ ਹੈ ਇਹ ਇਹਨਾਂ ਦਾ ਹੀ ਆ। ਹੁਣ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ, ਸ਼ੇਅਰ ਥੋੜ੍ਹੀ ਜਿਹੀ ਮਿੰਟ ਬਾਅਦ ਕਰਦਾ। ਇਹ ਨਾ ਚਿੱਕੜ 'ਚ ਵੜੀ ਆ, 2-3 ਵਾਰੀ ਅੰਦਰੋਂ ਬਾਹਰੋਂ ਮਿੱਟੀ ਸਾਰੀ ਲਾ ਦਿਓ, ਮਿੱਟੀ ਦੀ ਨਾ ਕੋਈ ਰਹਿ ਜੇ ਚੀਜ਼। ਗੱਡੀਆਂ ਨਾ ਕੋਈ ਵਾਧੂ ਖਲੋਤੀਆਂ ਰਹਿੰਦੀਆਂ, ਅੰਦਰ ਵੀ 3-4 ਗੱਡੀਆਂ ਕੰਮ ਚੱਲਦਾ, ਆਹ ਵੀ ਕੰਮ ਚੱਲਦਾ ਆ। ਇਹਨਾਂ ਕੋਲ ਮੁੰਡੇ ਨਾ ਟ੍ਰੇਨਿੰਗ ਲੈਣ ਵੀ ਆਉਂਦੇ, ਇਹਨਾਂ ਦਾ ਕੰਮ ਆ ਵੀ ਇਹਨਾਂ ਕੋਲ ਮੁੰਡੇ ਟ੍ਰੇਨਿੰਗ ਲੈਣ ਵੀ ਆਉਂਦੇ ਆ। ਟ੍ਰੇਨਿੰਗ ਲੈ ਕੇ ਅਮਰੀਕਾ ਖੇਡਾ ਕੇ ਅਤੇ ਭੇਜੇ ਅਸੀਂ ਮੁੰਡੇ ਇੱਥੋਂ ਟ੍ਰੇਨਿੰਗ ਦੇ ਕੇ, ਅਤੇ ਡੀਲਿੰਗ ਵੀ ਇੰਨੀ ਬੈਸਟ ਆ, ਪ੍ਰਾਈਜ਼ ਵੀ ਇੰਨਾ ਬੈਸਟ ਆ। ਮੈਂ ਐਂਡ 'ਤੇ ਦੱਸੂੰ ਤੁਹਾਨੂੰ ਪ੍ਰਾਈਜ਼। ਇਹਨਾਂ ਨੇ ਸੈਰਮਿਕ ਕੋਟਿੰਗ ਵੀ ਕਰਦੇ ਆ, ਅਤੇ PPM ਵੀ ਕਰਦੇ ਆ, ਸਾਰਾ ਕੁਝ ਕਰਦੇ ਆ। ਆਹ ਮੈਂ ਸੈਰਮਿਕ ਕੋਟਿੰਗ ਇਹਦੇ ਵਿੱਚ ਕਰਾਈ ਸੀ, ਤੁਹਾਨੂੰ ਪਤਾ ਆ 25-26 ਹਜ਼ਾਰ ਰੁਪਇਆ ਲੱਗਾ ਸੀਗਾ ਉੱਤੇ ਏਜੰਸੀ 'ਤੇ, ਅਤੇ ਕੋਈ ਫਾਇਦਾ ਨਹੀਂ ਗਾ। ਦੇਖੋ ਧਿਆਨ ਨਾਲ ਸਾਰਾ ਇਹਦੇ ਨਾ, ਇੱਕ ਹਫ਼ਤੇ ਦੇ ਵਿੱਚ ਸਾਰੇ ਸਕਰੈਚਸ ਪੈਣੇ ਸ਼ੁਰੂ ਹੋ ਗਏ ਸੀਗੇ। ਉਹਨਾਂ ਨੇ ਮੈਨੂੰ ਦਿਖਾਈ ਆ, ਮੈਡਮ ਨੇ ਅੰਦਰ ਵੀਡੀਓ ਦਿਖਾਈ ਆ, ਉਹ ਪਾਣੀ ਮਾਰਦੇ ਆ, ਪਾਣੀ ਇੱਕਦਮ ਨਿਕਲ ਜਾਂਦਾ ਆਪਣੀ ਆਪ। ਗੁੱਡ ਆ, ਬਹੁਤ ਵਧੀਆ ਆ, ਮੈਂ ਵੀ ਕਰਾਵਾਂਗਾ ਇਹਨਾਂ, ਥੋੜ੍ਹਾ ਟਾਈਮ ਲੱਗੇਗਾ, ਕਰਾਵਾਂਗੇ ਜ਼ਰੂਰ। ਮਿੱਤਰੋ, ਇਸੇ ਨਾਮ ਦਾ ਇਹਨਾਂ ਦਾ
ਫੇਸਬੁੱਕ ਪੇਜ ਤੇ ਯੂਟਿਊਬ ਪੇਜ ਵੀ ਆ ਰੋਇਲ ਆਟੋ ਡਿਟੇਲਰ, ਤੁਸੀਂ ਬਾਕੀ ਜਾਣਕਾਰੀ ਉੱਥੋਂ ਵੀ ਇਹਨਾਂ ਦੀ ਲੈ ਸਕਦੇ ਜੀ, ਤੇ ਮੈਂ ਇਹਨਾਂ ਦਾ ਨੰਬਰ ਮੈਂਸ਼ਨ ਕਰੂੰਗਾ ਐਂਡ ਤੇ, ਉਹ ਵੀ ਦੇਖ ਲਿਓ ਤੁਸੀਂ। ਲਓ ਜੀ, ਸਰਫ ਵੱਜਣਾ ਸ਼ੁਰੂ ਹੋ ਗਿਆ। ਇਹ ਅੰਗਰੇਜ਼ੀ ਸਰਫ ਆ, ਆਪਾਂ ਬਾਲਟੀਆਂ 'ਚ ਸ਼ੈਂਪੂ ਪਾ ਪਾ ਧੋਂਦੇ ਰਹੇ ਹਨ, ਇਹ ਅੱਜ ਕੱਲ੍ਹ ਇੱਦਾਂ ਹੀ ਆਉਂਦੇ ਆ। ਮਿੰਟੋ ਮਿੰਟ ਮੁੰਡੇ ਨੇ ਸਰਫ ਮਾਰਤਾ, ਮੈਂ ਮੇਤੇ ਨਾ ਵੱਜਦੇ ਉੱਠ ਹੀ ਜਾਵਾਂ ਇੱਥੋਂ। ਪੀਪੀਐਫ ਦਾ ਕੰਮ ਚਾਲੂ, ਪੀਪੀਐਫ ਦੇ ਹੀ ਲੱਗਣ। ਲਓ ਵੀ ਗੁੱਡ ਸ਼ੋ ਹੋ ਗਿਆ, ਅੰਦਰੋਂ ਵੀ ਗੱਡੀ ਸਾਫ਼ ਸੂਫ ਕਰਤੀ ਮੁੰਡਿਆਂ ਨੇ, ਗੁੱਡ ਵਰਕ, ਬਹੁਤ ਅੱਛਾ ਵਰਕ ਕੀਤਾ। ਹੁਣ ਗੱਡੀ ਇਹਨਾਂ ਨੇ ਸ਼ਾਮ ਖਿਲਾਰੀ ਆ, ਕੱਪੜਾ ਮਾਰਨਗੇ ਅੱਧੇ। ਇਹ ਕਾਫੀ ਥਾਰ ਆਈ ਆ, ਇਹ ਵੀ ਮੈਨੂੰ ਲੱਗਦਾ ਧਵਾਈ ਨੂੰ ਹੀ ਆਈ ਆ। ਇਹ ਕਾਰ ਦੇ ਆ ਨਾ ਸਾਫ਼ ਕਰਨ, ਇਹਨਾਂ ਨੂੰ ਇਹਨਾਂ ਨੇ ਵੇਖ ਕੇ ਨਾ ਆਪਣੇ ਦਿਨ ਚੇਤੇ ਆ ਜਾਂਦੇ ਆ। ਗੱਡੀ 'ਚ ਬਹਿ ਕੇ ਤੁਹਾਡੇ ਨਾਲ ਡਿਸਕਸ ਕਰਦਾ ਹਾਂ ਵੀ ਉਹਨੂੰ ਕਿਹੜੇ ਦਿਨ ਚੇਤੇ ਆਉਂਦੇ ਨੇ। ਆ ਜਿਹੜਾ ਇਹ ਪਾਣੀ ਮਾਰਨ ਦੇ ਨੀਲਾ ਜਾਣਾ, ਇਹ ਹਰ ਵਾਸ਼ਿੰਗ ਵਾਲੇ ਨਹੀਂ ਮਾਰਦੇ, ਉਹਨਾਂ ਨੇ ਸਿੰਪਲ ਹੀ ਪਾਣੀ ਮਾਰ ਕੇ ਅਤੇ ਕੱਪੜਾ ਮਾਰ ਦਿੰਦੇ ਆ, ਪਰ ਇਹਨਾਂ ਦਾ ਇਹੀ ਮੈਨੂੰ ਐਕਸਟਰਾ ਲੱਗਾ ਹੈ, ਆ ਐਕਸਟਰਾ ਕੰਮ ਕਰਦੇ ਆ ਇਹ। ਇਹ 300 ਰੁਪਏ ਦੇ ਵਿੱਚ ਕੀ ਚੈੱਕ ਕਰਦੇ ਨੇ, ਆਹ ਲਓ ਚੈੱਕ ਕਰੋ, ਇਹ ਸਾਰਾ ਸਿਰਫ 300 ਰੁਪਏ 'ਚ, ਸਿਰਫ 300 ਰੁਪਏ 'ਚ। ਇੰਨਾ ਕੁਛ ਕੋਈ ਨਹੀਂ ਕਰਕੇ ਦਿੰਦਾ ਜਿੰਨਾ ਇਹ ਕਰਕੇ ਦਿੰਦੇ ਨੇ, ਮੈਨੂੰ ਇਹੀ ਇਹਨਾਂ ਦੀ ਸਮਝ ਨਹੀਂ ਲੱਗੀ ਵੀ ਪੈਸੇ ਇੰਨੇ ਘੱਟ ਲੈਂਦੇ ਅਤੇ ਕੰਮ ਕਿਉਂ ਇੰਨਾ ਕਰਦੇ ਆ। ਬਾਕੀ ਆਪੋ ਆਪਣਾ ਇਹਨਾਂ ਦਾ ਦਿਮਾਗ ਆ ਕਿੱਦਾਂ ਕੀ ਕੰਮ ਕਰਦੇ ਆ। ਲਓ ਵੀ ਗੱਡੀ ਮੁੰਡਿਆਂ ਨੇ ਟਕਾ ਟਕ ਕਰਤੀ ਆ, ਅਤੇ ਕੀ ਨਾਮ ਵੀਰੇ ਤੇਰਾ? ਅਨਮੋਲ। ਤੇਰਾ ਵੀਰੇ? ਹਰਜੀਤ। ਬਹੁਤ ਵਧੀਆ ਮੁੰਡੇ ਨੇ, ਬਹੁਤ ਵਧੀਆ ਕੰਮ ਕੀਤਾ, ਸ਼ਾਬਾਸ਼, ਗੁੱਡ, ਤਰੱਕੀਆਂ ਕਰੋਗੇ ਮੁੰਡਿਓ। ਚਲੋ ਲਓ ਜੀ, ਆਹ ਮੁੰਡਿਓ ਇਹਨਾਂ ਦਾ ਦਫ਼ਤਰ ਆ ਜੀ, ਕਾਰ ਡਿਟੇਲਿੰਗ ਵਾਲਿਆਂ ਦਾ, ਅਤੇ ਆ 500 ਰੁਪਈਆ, ਨਹੀਂ ਨਹੀਂ ਇਹਦੇ 'ਚੋਂ ਆਪਾਂ ਨੂੰ 200 ਰੁਪਏ ਵਾਪਸ ਮੁੜ ਜਾਣਾ, ਸਿਰਫ 300 ਰੁਪਇਆ ਲੈਣਾ ਇਹਨਾਂ ਨੇ ਕਾਰ ਦਾ, ਕਾਰ ਧੋਣ ਦਾ ਸਿਰਫ 300 ਰੁਪਇਆ। ਮੇਰੇ ਕੋਲ ਜਿਹੜੀ ਡਟਸਨ ਸੀ ਨਾ ਪਹਿਲਾਂ ਗੋ ਪਲੱਸ, ਉਹਦਾ ਮੈਂ 500 ਰੁਪਇਆ 'ਚ ਦਿੰਦਾ ਰਿਹਾ ਸੀਗਾ, ਇਹ ਥਾਰ ਹੋਣ ਦੇ ਬਾਵਜੂਦ ਮੈਂ ਇਹਦਾ 300 ਰੁਪਇਆ ਇਹਨਾਂ ਨੂੰ ਦੇ ਰਿਹਾ। ਰੇਟ ਬਹੁਤ ਵਾਜਬ ਹੈ ਇਹਨਾਂ ਦਾ, ਅਤੇ ਕੰਮ ਵੀ ਵਾਜਬ ਹੈ, ਅੱਛਾ ਕੰਮ ਕਰਦੇ ਜੀ। ਇੱਕ ਵਾਰੀ ਜ਼ਰੂਰ ਇੱਥੇ ਆਓ, ਇਹਨਾਂ ਨੂੰ ਆਪਣਾ ਕੰਮ ਕਰਾ ਕੇ ਦੇਖ ਕੇ ਜਾਓ, ਫਿਰ ਤੁਹਾਨੂੰ ਪਤਾ ਲੱਗੇਗਾ ਕੰਮ ਹੁੰਦਾ ਕੀ ਹੈ। ਓਕੇ ਬਾਏ, ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਹਾਂ, ਮਿਲਦੇ ਹਾਂ ਫਿਰ ਕਿਸੇ ਅੱਗੇ ਨਵੇਂ ਵਲੋਗ ਦੇ ਵਿੱਚ, ਨਵੀਂ ਜਗ੍ਹਾ ਦੇ ਵਿੱਚ। ਚੰਗਾ, ਤੱਕ ਵੀ ਸਤਿ ਸ਼੍ਰੀ ਅਕਾਲ, ਸ਼ੁਭ ਰਾਤਰੀ, ਸ਼ਬਦ।